ਹਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ 'ਚ ਤੁਹਾਡਾ ਪੀਪੀਆਰ ਟਾਈਮਲਾਈਨ ਸ਼ੇਅਰ ਕਰੂੰਗਾ ਸਪਾਊਸਲ ਉੱਪਰ ਪਪਾ ਮਿਲਦੀਆਂ ਮੇਰੇ ਲਈ ਵੀ ਚਾਰ ਪੀਪੀਆਰ ਟਾਈਮਲਾਈਨਸ ਹੈਗੀਆਂ ਨਗੀਆਂ ਤੇ ਤੁਹਾਨੂੰ ਦੱਸੂੰਗਾ ਕਿ ਕਿਸੇ ਕਿਸੇ ਦੇ ਵੀਜ਼ਾਸ ਆਇਨੇ ਤੇ ਕਿੰਨਾ ਜਿਹੜਾ ਪੋਜ਼ਿਟਿਵ ਟ੍ਰੈਂਡ ਹੈ ਜਿਹੜਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ ਤੇ ਤੁਹਾਨੂੰ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਵੀਜ਼ਾਸ ਜਿਹੜੇ ਕਾਫੀ ਜਿਹੜੇ ਫਾਸਟ ਹੋਣੇ ਸ਼ੁਰੂ ਹੋ ਜਾਣਗੇ ਤੇ ਕਾਫੀ ਜਿਹੜੀ ਤਦਾਦ ਦੇ ਵਿੱਚ ਆਪ ਨੂੰ ਵੀਜ਼ੇ ਦੇਖਣ ਨੂੰ ਮਿਲ ਸਕਦੇ ਨੇਗੇ ਆਪਾਂ ਹੋਪ ਕਰਦੇ ਹਾਂ ਕਿ ਐ 2020 ਦੇ ਵਿੱਚ ਲਈ ਸੀਗੀ ਤੇ ਮੈਡੀਕਲ ਰਿਕੁਐਸਟ ਜਿਹੜੀ ਇਹਨਾਂ ਨੂੰ ਆਈ ਸੀਗੀ ਸਤੰਬਰ 2021 ਦੇ ਵਿੱਚ ਆਈ ਸੀਗੀ ਤੇ ਇੱਕ ਸਾਲ ਬਾਅਦ ਜਿਹੜੀ ਇਹਨਾਂ ਨੂੰ ਹੈ ਇਹਨਾਂ ਦੀ ਮੈਡੀਕਲ ਰਿਕੁਐਸਟ ਹੈ ਜਿਹੜੀ ਇਹਨਾਂ ਨੂੰ ਰਿਸਿਵ ਹੁੰਦੀ ਹੈਗੀ ਤੇ ਪੀਪੀਆਰ ਜਿਹੜੀ ਹੈਗੀ ਇਹਨਾਂ ਨੂੰ ਅਕਤੂਬਰ 2021 ਦੇ ਵਿੱਚ ਆਈ ਸੀ ਇਸ ਪਾਉਸਲ ਓਪਨ ਪਰਮਟ ਦੇ ਇੰਨੇ ਪੀਪੀਆਰ ਆ ਥੋੜੀ ਇਹਨੇ ਲੇਟ ਸ਼ੇਅਰ ਕੀਤੀ ਆ ਕੁਝ ਪਰਸਨਲ ਰੀਜ਼ਨ ਹੁੰਦੇ ਨੇ ਕਾਫੀ ਇਹਨਾਂ ਦੇ ਕਾਫੀ ਇਹਨੇ ਜਿਹੜੇ ਉੱਥੇ ਪਹੁੰਚ ਕੇ ਜਿਹੜੀ ਆਪਦੀ ਪੀਪੀਆਰ ਸ਼ੇਅਰ ਕਰਦੇ ਨੇ ਤਾਂ ਜਿਹੜੀ ਆਪਣੀ ਫਸਟ ਫਾਈਲ ਦੀ ਹੈਗੀ ਆ ਤੇ ਸੈਕੰਡ ਹੈ ਵੀਜ਼ਾ ਆਇਆਗਾ ਇਕੱਠਾ ਹਨ ਤਾਂ ਇਹ ਜੁਲਾਈ ਅਗਸਤ 2020 ਦੇ ਵਿੱਚ ਫਾਈਲ ਆਈ ਸੀ ਬਾਇਓਮੈਟ੍ਰਿਕ ਅਕਤੂਬਰ 2020 ਦੇ ਵਿੱਚ ਇਹਨਾਂ ਨੇ ਕਰਵਾਏ ਨੇ ਤੇ ਇਹ ਕਿਤੇ ਬਾਾਰ ਜਾ ਕੇ ਬਾਇਓਮੈਟ੍ਰਿਕ ਕਰਵਾ ਕੇ ਆਏ ਨੇ ਕਿਤੇ ਮੈਡੀਕਲ ਰਿਕੁਐਸਟ ਜਿਹੜੀ ਮਾਰਚ 2021 ਦੇ ਵਿੱਚ ਆਈ ਸੀਗੀ ਤੇ ਪੀਪੀਆਰ ਇਹਨਾਂ ਨੂੰ ਜਿਹੜੀ ਰਿਕੁਐਸਟ ਆ ਉਹ 9th ਆਫ ਨਵੰਬਰ ਨੂੰ ਆਈ ਹੈਗੀ 2021 ਤੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਵੀਜ਼ਾਸ ਨੇ ਜਿਹੜੇ ਚੰਗੇ ਆ ਰਹੇ ਨੇ ਤੇ ਅਗਸਤ ਸਤੰਬਰ ਤੇ ਅਕਤੂਬਰ ਆਣਾਂ ਦੇ ਜਿਹੜੇ ਵੀਜ਼ੇ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇਗੇ ਤੇ ਨੈਕਸਟ ਹੈਗਾ ਕਿ ਇਹਨਾਂ ਦਾ ਹੈਗਾ ਵਿਜ਼ਟਰ ਵੀਜ਼ਾ ਹੈਗਾ ਨਾ ਤੇ 24 ਸਤੰਬਰ ਨੂੰ ਤੇ 24 ਸਤੰਬਰ ਨੂੰ ਮਤਲਬ ਕਿ ਹੋਣੀ ਜਿਹੜਾ 2021 ਦੇ ਵਿੱਚ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਇਸ ਤੋਂ ਬਾਅਦ ਰਿਫਿਊਜ਼ਲ ਨਾ ਨਵੰਬਰ ਮਹੀਨੇ ਨੇ ਰਿਫਿਊਜ਼ਲ ਆਉਂਦੀ ਹੈਗੀ ਤਾਂ ਸੁਣ ਦੱਸ ਦੇਣਾਗਾ ਕੀ ਜਿਹੜੇ ਕਾਫੀ ਆਨੇ ਕਹਿ ਰਹੇ ਨੇ ਕਿ ਅਸੀਂ ਅਪਲਾਈ ਕਰਦੇ ਵੀ ਹੈ ਹਨਾ ਹਾਂਜੀ ਇਹਦਾ ਰਿਜ਼ਲਟ ਤਾਂ ਦੇਖੋ ਥੋੜਾ ਫਾਸਟਲੀ ਆ ਰਿਹਾ ਹੈਗਾ ਬਟ ਇਸ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਇਸ ਦੇ ਨਾਲ ਜਿਹੜਾ ਰਿਫਿਊਜ਼ਲ ਵੀ ਬਹੁਤ ਜਲਦੀ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਰਿਫਿਊਜ਼ਲ ਆ ਜਿਹੜੀ ਕਿੰਨੀ ਜਲਦੀ ਆਏਗੀ ਤੇ ਲਾਸਟ ਆਪਣੀ ਪੀਪੀਆਰ ਹੈਗੀ ਆਪਣੇ ਖਾਸ ਬੰਦੇ ਦੀ ਹੈ ਹਨਾ ਇਹ ਗੁਰਵਿੰਦਰ ਸਿੰਘ ਜਿਹੜੀ ਪੀਪੀਆਰ ਹੈਗੀ ਹੈ ਇਹਨਾਂ ਦੀ ਜਿਹੜੀ ਫਾਈਲ ਆਈ ਸੀ ਅਕਤੂਬਰ 22 ਨੂੰ ਜਿਹੜੀ ਲਾਈ ਸੀ 2020 ਦੇ ਵਿੱਚ ਤੇ ਬਾਇਓਮੈਟ੍ਰਿਕ 18 ਫਰਵਰੀ 2021 ਦੇ ਵਿੱਚ ਇਹਨਾਂ ਹੋਏ ਨੇ ਮੈਡੀਕਲ ਪਾਸ ਨਾ ਦਾ ਮਤਲਬ ਕਿ ਅੱਗੇ ਪਿਆਗਾ ਨਾ ਹਨ ਤੇ ਸਟੱਡੀ ਪੈਂਡਿੰਗ ਹੈ ਜਿਹੜੀ ਇਹਨਾਂ ਦੀ ਰਹਿੰਦੀ ਹੈ 30 ਨਵੰਬਰ ਨੂੰ ਜਿਹੜੀ ਉਹਨਾਂ ਦੀ ਸਟੱਡੀ ਖਤਮ ਹੋ ਜਾਣੀ ਹੈ ਇਸ ਮਹੀਨੇ ਦੇ ਵਿੱਚ ਹੀ ਤੇ ਉਹਨਾਂ ਦਾ ਕਾਲਜ ਜਿਹੜਾ ਸੀਡੀਆਈ ਕਾਲਜ ਆ ਮੌਂਟਰੀਅਲ ਦੇ ਵਿੱਚ ਹੈ ਤੇ ਕਾਫੀ ઘણા ਜਿਹੜੇ ਕਹਿ ਰਹੇ ਸੀ ਕਿ ਉਹ ਇੱਕ ਦੇ ਸਪੌਸਲ ਪਰਮਨੈਂਟ ਦੇ ਰਿਜ਼ਲਟ ਸਾਡੇ ਨਾਲ ਸ਼ੇਅਰ ਨਹੀਂ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਸੀਡੀਆਈ ਕਾਲਜ ਆ ਮੌਂਟਰੀਅਲ ਦੇ ਵਿੱਚ ਜਿਹੜਾ ਇਹ ਕਾਲਜ ਹੈਗਾਗਾ ਤੇ ਇਹਨਾਂ ਨੂੰ ਅੱਜ ਜਿਹੜੀ ਪੀਪੀਆਰ ਇਹਨਾਂ ਦੇ ਰਿਸਿਵ ਹੋਈ ਹੈ ਜੋ ਕਿ ਇੱਕ ਬਹੁਤ ਚੰਗੀ ਗੱਲ ਹੈਗੀ ਹੈ ਨਾ ਤੇ ਰਿਜ਼ਲਟ ਆਪ ਨੂੰ ਦੇਖਣ ਨੂੰ ਮਿਲਦੇ ਨੇ ਕਿ ਤੇ ਇਹ ਅਕਤੂਬਰ ਦੀ ਫਾਈਲ ਆ ਤਾਂ ਅਕਤੂਬਰ ਵਾਲਿਆਂ ਨੂੰ ਮੈਂ ਕਹੂੰਗਾ ਕਿ ਹੁਣ ਅਕਤੂਬਰ ਵਾਲਿਆਂ ਦੇ ਵੀ ਰਿਜ਼ਲਟ ਨੇੜੇ ਬਹੁਤ ਜਲਦੀ ਹੀ ਉਹਨਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਤੇ ਅੱਜ ਦੀ ਵੀ ਸੋਣਾ ਇਹੀ ਜਿਹੜੀਆਂ ਪੀਪੀਆਰ ਟਾਈਮਲਾਈਨ ਜਿਹੜੀਆਂ ਸੋਣਾ ਸ਼ੇਅਰ ਕਰਨੇ ਸੀ ਉਹ ਕਿ ਬਹੁਤ ਪੋਜ਼ਿਟਿਵ ਹੈ ਆਪਣੇ ਲਈ ਸਾਈਡ ਜਿਹੜੀ ਬਣ ਰਹੀ ਹੈਗੀ ਨਾ ਤੇ ਬਹੁਤ ਚੰਗਾ ਜਿਹੜਾ ਇੱਕ ਐਟੀਟਿਊਡ ਹੈ ਐਮਬੈਸੀ ਵੱਲੋਂ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਆਪਾਂ ਕਹਾਂਗੇ ਜਿੱਥੇ ਹੁਣ 1 2 1 2 ਆਪਾਂ ਨੂੰ ਪੀਪੀਆਰ ਦੇਖਣ ਨੂੰ ਮਿਲਦੀਆਂ ਨੇ ਕਿਆਂ ਉਹ ਤੇ 10 15 ਇਹ ਜੀ ਦੱਸੂਗਾ ਕਾਫੀ ਜਣੇ ਫੋਨ ਕਰਦੇ ਨੇ ਕਿ ਆਪ ਵੈਬਸਾਈਟ ਤੇ ਧਿਆ ਲਿਖਿਆ ਹੋਇਆ ਆ ਆਪ ਇਸ ਤੇ ਧਿਆ ਲਿਖਿਆ ਆਏਗਾ ਉਹਨਾਂ ਸਾਰੀ ਨੇ ਇਨਫੋਰਮੇਸ਼ਨ ਆ ਜੀ ਸਾਨੂੰ ਕਾਲ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੀ ਆਫੀਸ਼ਲ ਉਹਨਾਂ ਦੀ ਸਾਈਟ ਹੁੰਦੀ ਹੈ ਕਿਸ ਦੇ ਉੱਤੇ ਆਪਾਂ ਸਮਝ ਸਕਦੇ ਕਿ ਇਹ ਰੀਅਲ ਹੈ ਜਾਂ ਫੇਕ ਹੈਗੀ ਤਾਂ ਪਲੀਜ਼ ਹਰ ਇੱਕ ਸਾਈਟ ਦੇ ਉੱਤੇ ਜਿਹੜਾ ਐਮ ਧਿਆਨ ਨਾਲ ਦੇਖ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਹੁਣ ਐਮਬੈਸੀ ਕੀ ਕਰਦੀ ਹੈਗੀ ਬਟ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਿਵਲਟ ਫਾਸਟ ਹੋ ਜਾਣਗੇ ਜਾਂ ਸਲੋ ਹੋ ਜਾਣਗੇ ਦੇਖੋ ਡਿਪੈਂਡ ਉਹਨਾਂ ਤੇ ਹੀ ਐਮਬੈਸੀ ਨੂੰ ਵੀ ਪਤਾ ਨੂੰ ਆ ਰਹੀ ਹੈਗੀ ਤੇ ਜਿਸ ਕਰਕੇ ਉਹਨਾਂ ਦੇ ਅੱਗੇ ਫਰਦਰ ਜਿਹੜਾ ਸਟੈਪ ਆ ਉਹ ਚੱਲ ਰਿਹਾ ਹੈਗਾ ਤਾਂ ਤੁਹਾਨੂੰ ਕਹੂੰਗਾ ਕਿ ਜੇਕਰ ਤੁਹਾਡੀ ਵਾਈਫ ਦਾ ਸਟੱਡੀ ਪਰਮਿਟ ਕੰਪਲੀਟ ਹੋਣ ਵਾਲਾ ਹੈਗਾ ਹਲੇ ਸੌਰੀ ਸਟੱਡੀ ਕੰਪਲੀਟ ਹੋਣੀ ਹੈ ਸਟੱਡੀ ਪਰਮਿਟ ਹਲੇ ਪਿਆਗਾ ਤਾਂ ਤੁਹਾਨੂੰ ਘਪਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਵੀ ਜਿਹੜੇ ਪੀਪੀਆਰ ਰਿਵਿਊ ਸੋਨੇ ਰਿਸਿਵ ਹੋ ਸਕਦੀ ਇੱਕ ਬਹੁਤ ਚੰਗਾ ਜਿਹੜਾ ਹੈਗਾ ਰਿਜ਼ਲਟ ਆਉਂਦਾ ਹੈ ਤੇ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਦੀ ਫਾਈਲ ਅਪਲਾਈ ਕਰਨੀ ਹੈ ਤਾਂ ਪਲੀਜ਼ ਥੋੜਾ ਆਪਣਾ ਧਿਆਨ ਨਾਲ ਕਰੋ ਹਨ ਤੇ ਜੋ ਹੈ ਰਿਫਿਊਜ਼ਲ ਵੀ ਬਹੁਤ ਜਲਦੀ ਹੁੰਦੀ ਹੈ ਬਹੁਤ ਕਾਲੀ ਦੇ ਵਿੱਚ ਜਿਹੜਾ ਹੈ ਇਹ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਅੱਗੇ ਵੀ ਆਪਾਂ ਨੂੰ ਕਾਫੀ ਰਿਫਿਊਜ਼ਲ ਦੇਖਣੀਆਂ ਪੈ ਸਕਦੀਆਂ ਨੇ ਕਿਹਾ ਤਾਂ ਇਹ ਵੀਡੀਓ ਸਟਨ ਇਹੇ ਸ਼ੇਅਰ ਕਰਨਾ ਸੀ ਜੀ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਤਾਂ ਜੋ ਮੈਂ ਅੱਗੇ ਤੁਹਾਡੇ ਲਈ ਐਮ ਦੀ ਵੀਡੀਓ ਲੈ ਕੇ ਆ ਸਕਾਂ ਓਕੇ ਜੀ ਥੈਂਕ ਯੂ